ਸਾਡੇ ਨਾਲ ਨਵਦੀਪ ਸਿੰਘ ਬੱਬੂ ਜੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਨੇ ਆ ਜੋ ਵੀ ਅੱਜ ਉਹਨਾਂ ਨੇ ਇਸ ਦਰਪਣ ਸਿਟੀ ਅਤੇ ਮਾਡਰਨ ਸਿਟੀ ਵਿੱਚ ਆਪਣੇ ਹੱਥੀਂ ਖੁਦ ਉਪਰਾਲਾ ਕਰਕੇ ਸੈਨੀਟਾਈਜ਼ ਕੀਤਾ ਗਿਆ। ਆਓ ਅਸੀਂ ਬੱਬੂ ਜੀ ਨਾਲ ਗੱਲ ਕਰਨੇ ਆ। ਹਾਂਜੀ ਸਰ, ਜਿਵੇਂ ਅੱਜ ਦੇਖਿਆ ਕਿ ਅੱਜ ਤੋਂ ਤੁਸੀਂ ਖੁਦ ਆਪਣੇ ਹੱਥ ਦੇ ਨਾਲ ਇਸ ਪੂਰੇ ਏਰੀਏ ਦੇ ਵਿੱਚ ਜਿਹੜੇ ਸੈਨੀਟਾਈਜ਼ ਦਾ ਸਪਰੇਅ ਕਰ ਰਹੇ ਹੋ, ਜਿਹੜੇ ਕਿ ਸਾਡੇ ਦਰਪਣ ਸਿਟੀ ਵਾਸੀਆਂ ਦੀ ਕਾਫੀ ਦਿਨਾਂ ਤੋਂ ਮੰਗ ਚੱਲ ਰਹੀ ਸੀ, ਜਿਸ ਨੂੰ ਅੱਜ ਤੁਸੀਂ ਪੂਰਾ ਕੀਤਾ ਹੈ, ਇਹਦੇ ਬਾਰੇ ਸਰ ਤੁਹਾਡੇ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਤੇ ਖਾਲਸਾ ਵਾਹਿਗੁਰੂ ਜੀ ਫਤਿਹ ਕਹਿਣੀ ਚਾਹੁੰਦਾ। ਅਤੇ ਪਿਛਲੇ ਜਦੋਂ ਤੋਂ ਇਹ ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਚੱਲ ਰਿਹਾ ਹੈਗਾ ਪ੍ਰਕੋਪ, ਅਤੇ ਇਲਾਕੇ ਦੇ ਵਿੱਚੋਂ ਵਾਰਡ ਨੰਬਰ 1 ਹੋਰ ਨਾਲ ਲੱਗਦੇ ਇਲਾਕੇ ਦੇ ਵਿੱਚ ਕਾਫੀ ਪੁਰਜ਼ੋਰ ਅਪੀਲ ਸੀਗੀ ਸਾਡੇ ਏਰੀਏ ਦੇ ਵਿੱਚ ਸੈਨੀਟਾਈਜ਼ ਕੀਤਾ ਜਾਵੇ, ਅਤੇ ਮੈਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਅਤੇ ਉਹਨਾਂ ਤੋਂ ਲੀਕੁਇਡ ਲਿਆ ਜਿਹੜਾ ਇਹ ਸੈਨੇਟਾਈਜ਼ ਵਾਸਤੇ ਹੁਣ ਵਰਤਦੇ ਹਾਂ ਅਸੀਂ, ਅਤੇ ਬਾਕੀ ਇਹ ਮੇਰੇ ਫਰੈਂਡ ਆ ਉਹਨਾਂ ਤੋਂ ਮੈਂ ਮਸ਼ੀਨ ਮੰਗਵਾਈ, ਇਹਦੇ ਨਾਲ ਅਸੀਂ ਕਾਫੀ ਏਰੀਆ ਕੱਢ ਦਿੱਤਾ ਜਿਹਦੇ ਵਿੱਚ ਨਿਊ ਗਾਰਡਨ ਕਲੋਨੀ, ਗਾਰਡਨ ਕਲੋਨੀ, ਦਰਪਣ ਸਿਟੀ, ਦਰਪਣ ਗ੍ਰੀਨ, ਰਣਜੀਤ ਨਗਰ, NRA ਕਲੋਨੀ, ਰੰਧਾਵਾ ਰੋਡ, ਇਹਦੇ 'ਚ ਮੈਂ ਆਪ ਖੁਦ ਕੀਤਾ, ਕਿਉਂਕਿ ਲੇਬਰ ਤੋਂ ਆਮ ਜਿਹੜੇ ਲੋਕ ਨੇ ਵਾਰਡਾਂ ਦੇ ਉਹ ਸੈਟਿਸਫਾਈ ਨਹੀਂ ਹੁੰਦੇ, ਤਾਂ ਮੈਂ ਨਾਲ ਲੱਗਿਆ। ਹੁਣ ਵੀ ਇੱਕ ਮੈਸੇਜ ਆਇਆ ਸੀ, ਮੈਂ ਦੇਖ ਰਿਹਾ ਸੀ ਸਰਕਾਰ ਨੇ ਹੋਰ ਵੀ ਸਾਡੀਆਂ ਡਿਊਟੀਆਂ ਲਾਈਆਂ, ਕਿਉਂਕਿ ਮੇਰੇ ਵਾਈਫ MC ਹੈ ਅਤੇ ਉਹ ਆਪ ਇੰਨਾ ਨਹੀਂ ਕਰ ਸਕਦੇ, ਤਾਂ ਉਹਨਾਂ ਵੱਲੋਂ ਮੈਂ ਕਰਦਾ ਜੀ, ਮੈਂ ਹਰ ਟਾਈਮ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਕਰ ਰਿਹਾ ਅਤੇ ਕਰਦਾ ਰਹੂੰਗਾ। ਇਹ ਸਰ ਇਹਦਾ ਕਾਫੀ ਟਾਈਮ ਤੋਂ ਦਰਪਣ ਸਿਟੀ ਵਾਸੀਆਂ ਦੁਆਰਾ ਮੰਗ ਕੀਤੀ ਜਾ ਰਹੀ ਸੀ, ਜਿਹਨੂੰ ਅੱਜ ਤੁਸੀਂ ਪੂਰਾ ਕੀਤਾ, ਔਰ ਸਾਨੂੰ ਸਾਰੇ ਵਾਸੀਆਂ ਨੂੰ ਇਹ ਉਮੀਦ ਹੈ ਕਿ ਇਹ ਮਤਲਬ ਦੂਸਰੇ ਤੀਸਰੇ ਦਿਨ ਜਾਂ ਹਫ਼ਤੇ 'ਚ ਇੱਕ ਵਾਰੀ ਤੁਸੀਂ ਇਸ ਨੂੰ ਕਰਦੇ ਰਹੋਗੇ। ਹਾਂਜੀ ਬਿਲਕੁਲ ਜੀ, ਜਿਸ ਤਰ੍ਹਾਂ ਸਾਨੂੰ ਪ੍ਰਸ਼ਾਸਨ ਵੱਲੋਂ ਹੁਕਮ ਹੋਏਗਾ ਅਤੇ ਬਾਕੀ ਜਿਵੇਂ ਜੋ ਮਤਲਬ ਲੋਕਾਂ ਦੀ ਮੰਗ ਉਹਦੇ ਹਿਸਾਬ ਨਾਲ ਅਸੀਂ ਇਹ ਕਰਦੇ ਰਹਾਂਗੇ। ਥੋੜ੍ਹਾ ਇੱਦਾਂ ਵੀ ਜਿਵੇਂ ਮਸ਼ੀਨ ਕਾਫੀ ਦੂਰੋਂ ਮੰਗਾਈ ਹੈ ਅਸੀਂ ਮੇਰੇ ਫਰੈਂਡ ਦੀ, ਇਹਨਾਂ ਨਾਲ ਇਸ ਕਰਕੇ ਅਸੀਂ ਕਾਫੀ ਏਰੀਆ ਕਵਰ ਕਰ ਲਿਆ, ਅਤੇ ਅੱਗੇ ਤੋਂ ਹੈਂਡ ਪੰਪ ਜਾਂ ਉਸ ਪੰਪ ਨਾਲ ਜਾਂ ਇਹ ਅਵੇਲੇਬਲ ਹੋਈ ਤਾਂ ਉਹਦੇ ਹਿਸਾਬ ਨਾਲ ਮੈਂ ਜਲਦੀ ਤੋਂ ਜਲਦੀ ਪੂਰੀ ਕਰਨ ਦੀ ਕੋਸ਼ਿਸ਼ ਕਰੂੰਗਾ। ਬਾਕੀ ਜਿਹੜਾ ਇਹ ਕਰੋਨਾ ਵਾਇਰਸ ਦੀ ਮਹਾਂਮਾਰੀ ਚੱਲ ਰਹੀ ਹੈ, ਇਹਦੇ ਬਾਰੇ ਤੁਸੀਂ ਲੋਕਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ? ਸਭ ਤੋਂ ਵੱਡਾ ਇਹੀ ਸੁਝਾਅ ਹੈ, ਜਿਵੇਂ ਇੰਡੀਅਨ ਗੌਰਮੈਂਟ ਹੈ, ਪੰਜਾਬ ਗੌਰਮੈਂਟ ਹੈ, ਸਾਰਿਆਂ ਨੇ ਇਹੀ ਕਿਹਾ ਵੀ ਸਭ ਤੋਂ ਵੱਡਾ ਜਿਹੜਾ ਬਚਾਅ ਘਰ ਦੇ ਵਿੱਚ ਹੀ ਰਹਿ ਕੇ ਆ। ਅਤੇ ਅੱਜ ਮਤਲਬ ਜਦੋਂ ਮੈਂ ਥੋੜ੍ਹਾ ਫੇਸਬੁੱਕ 'ਤੇ ਲਾਈਵ ਹੋਇਆ ਸੀ, ਚਲੋ ਪਤਾ ਲੱਗਦਾ, ਤਾਂ ਉਦੋਂ ਹਰੇਕ ਬੰਦੇ ਨੇ ਅਪੀਲ ਕੀਤੀ ਵੀ ਤੁਸੀਂ ਵੀ ਅੰਦਰ ਆਓ, ਮਤਲਬ ਅਸੀਂ ਵੀ ਪੂਰਾ ਆਪਣੇ ਆਪ ਨੂੰ ਸੈਨੇਟਾਈਜ਼ ਰੱਖ ਕੇ, ਮੇਰੀ ਜੇਬ 'ਚ ਵੀ ਸੈਨੇਟਾਈਜ਼ਰ ਹੈ, ਮੇਰੇ ਗਲਵਸ ਵਗੈਰਾ ਪਾਏ ਨੇ, ਮਾਸਕ ਹੈ, ਅਤੇ ਅਸੀਂ ਪੂਰਾ ਪ੍ਰੋਪਰ ਡਿਸਟੈਂਸ ਵੀ ਰੱਖਦੇ ਹਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਜੋ ਜਿਹੜੇ ਬਾਹਰ ਆਉਂਦੇ ਉਹਨਾਂ ਨੂੰ, ਭਾਈ ਤੁਸੀਂ ਘਰ ਰਹੋ, ਇਹੀ ਸਭ ਤੋਂ ਵੱਡਾ ਬਚਾਅ, ਇਸ ਤੋਂ ਵੱਡਾ ਹੋਰ ਬਚਾਅ ਨਹੀਂ। ਧੰਨਵਾਦ ਜੀ, ਠੀਕ ਹੈ ਜੀ, ਥੈਂਕ ਯੂ। ਬੰਦੇ ਨਾ ਦੋ ਕੁ ਚਾਹੀਦੇ ਹੁੰਦੇ ਲਾਗੇ, ਕਿਹੜਾ ਲਾਗੇ ਕਿਹੜਾ ਹੋਰ, ਜਿੰਨੇ ਲਾਗੇ ਹੋਣਾ ਹੋ ਜਾਓ। ਅੱਜ ਨਵਦੀਪ ਕੁਮਾਰ ਬੱਬੂ ਜੀ ਵੱਲੋਂ ਦਰਪਣ ਸਿਟੀ
ਅਤੇ ਉਹਦੇ ਗਲੀ ਨੰਬਰ 1, 2, 3 ਅਤੇ 4 ਵਿੱਚ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਗਲੀ ਗਲੀ ਨੂੰ ਸੈਨੇਟਾਈਜ਼ ਕੀਤਾ, ਜਿਸ ਤਰ੍ਹਾਂ ਇਹ ਕਰੋਨਾ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਔਰ ਸਾਰੇ ਹੀ ਦਰਪਨ ਸਿਟੀ ਵਾਸੀ ਇਸ ਬੱਬੂ ਜੀ ਦੇ ਉਪਰਾਲੇ ਤੋਂ ਬਹੁਤ ਖੁਸ਼ ਹੈ ਅਤੇ ਇੱਕ ਇੱਕ ਗਲੀ ਵਿੱਚ ਜਾ ਕੇ ਉਹਨਾਂ ਨੇ ਖੁਦ ਆਪਣੇ ਹੱਥ ਦੇ ਨਾਲ ਏਰੀਏ ਨੂੰ ਸੈਨੀਟਾਈਜ਼ ਕੀਤਾ ਹੈ, ਜਿਹੜਾ ਕਿ ਦਰਪਨ ਸਿਟੀ ਵਾਸੀਆਂ ਦੀ ਕਾਫੀ ਟਾਈਮ ਤੋਂ ਮੰਗ ਸੀ ਕਿ ਸਾਡੀ ਗਲੀ ਵਿੱਚ ਸੈਨੇਟਾਈਜ਼ ਸਪਰੇਅ ਕੀਤੀ ਜਾਵੇ। ਬਟ ਅੱਜ ਵਾਸੀਆਂ ਦੀ ਇਸ ਮੰਗ ਨੂੰ ਉਹਨਾਂ ਨੇ ਖੁਦ ਸ਼ਾਮ ਨੂੰ ਪੂਰਾ ਕਰਕੇ ਔਰ ਪੂਰੇ ਏਰੀਏ ਦੇ ਵਿੱਚ ਪੰਪ ਦੇ ਨਾਲ ਸੈਨੇਟਾਈਜ਼ਰ ਦਾ ਛਿੜਕਾਵ ਕੀਤਾ। ਨਾਲ ਕੁਛ ਦਰਪਨ ਸਿਟੀ ਵਾਸੀ ਮੌਜੂਦ ਨੇ ਜਿਨ੍ਹਾਂ ਨਾਲ ਆਪਾਂ ਉਹਨਾਂ ਦੇ ਵਿਚਾਰ ਸੁਣਾਂਗੇ ਕਿ ਉਹ ਨਵਦੀਪ ਸਿੰਘ ਬੱਬੂ ਜੀ ਦੇ ਇਸ ਉਪਰਾਲੇ ਤੋਂ ਕਿੰਨਾ ਕੁ ਖੁਸ਼ ਨੇ ਔਰ ਉਹਨਾਂ ਤੋਂ ਕੀ ਉਮੀਦ ਰੱਖਦੇ ਨੇ। ਸਾਡੇ ਨਾਲ ਕੋਈ ਦਰਪਨ ਸਿਟੀ ਵਾਸੀ ਨੇ, ਆਪਾਂ ਉਹਨਾਂ ਨਾਲ ਗੱਲ ਕਰਾਉਣਾ ਚਾਹਾਂਗੇ। ਹਾਂਜੀ, ਸਾਡੇ ਨਾਲ ਇਹ ਦਰਪਨ ਸਿਟੀ ਵਾਸੀ ਸ਼੍ਰੀ ਰਮੇਸ਼ ਭਾਰਦਵਾਜ ਜੀ ਨੇ। ਇਹ ਸਰ ਜਿਹੜਾ ਅੱਜ ਇਹ ਨਵਦੀਪ ਸਿੰਘ ਬੱਬੂ ਜੀ ਨੇ ਜਿਹੜਾ ਉਪਰਾਲਾ ਕੀਤਾ ਹੈ ਉਹਦੇ ਤੋਂ ਤੁਹਾਨੂੰ ਕਿੰਨੀ ਕੁ ਖੁਸ਼ੀ ਹੈ ਔਰ ਕੀ ਤੁਸੀਂ ਉਹਨਾਂ ਦੀ ਤਾਰੀਫ ਵਿੱਚ ਕਹਿਣਾ ਚਾਹੋਗੇ? ਸਰ ਅੱਜ ਜੋ ਸੈਨੇਟਾਈਜ਼ਿੰਗ ਕਰਵਾਈ ਹੈ ਬੱਬੂ ਜੀ ਨੇ, ਨਵਦੀਪ ਸਿੰਘ ਬੱਬੂ ਜੀ, ਬਹੁਤ ਹੀ ਵਧੀਆ ਉਪਰਾਲਾ, ਲੋਕਾਂ ਦੀ ਬੜੀ ਹੀ ਸੈਟਿਸਫੈਕਸ਼ਨ ਹੈ ਇਹਦੇ ਵਿੱਚ। ਹਰ ਬੰਦਾ ਇਹ ਸੋਚ ਰਿਹਾ ਸੀ 2-3 ਦਿਨਾਂ ਤੋਂ ਕਿ ਅਗਰ ਸੈਨੇਟਾਈਜ਼ ਹੋ ਜਾਏ ਤਾਂ ਬਹੁਤ ਹੀ ਚੰਗਾ ਰਹੇਗਾ, ਕਿਉਂਕਿ ਕਰੋਨਾ ਵਾਇਰਸ ਨੂੰ ਰੋਕਣ ਵਾਸਤੇ ਇੱਕ ਸੈਨੇਟਾਈਜ਼ਿੰਗ ਹੀ ਮੇਨ ਹੈ ਪਰਪਜ਼, ਜਿਹਦੇ ਨਾਲ ਆਪਾਂ ਸਟੋਪ ਕਰ ਸਕਦੇ ਹਾਂ। ਬੱਬੂ ਜੀ ਨੇ ਆ ਕੇ ਅੱਜ ਬੜਾ ਹੀ ਸਾਨੂੰ ਖੁਸ਼ੀ ਹੋਈ ਕਿ ਇਹਨਾਂ ਨੇ ਪਰਸਨਲੀ ਉਸ ਨੂੰ ਹੈਂਡਲ ਨੂੰ ਪਕੜ ਕੇ ਖੁਦ ਹੀ ਸਪਰੇਅ ਕੀਤਾ। ਮੇਰਾ ਖਿਆਲ ਕੋਈ 3-3.5 ਘੰਟੇ ਸਾਡੀ ਹੀ ਕਲੋਨੀ ਦੇ ਵਿੱਚ ਲਗਾਇਆ, 1, 2, 3, 4 ਸਾਰੀਆਂ ਲਾਈਨਾਂ ਦੇ ਵਿੱਚ ਇਹਨਾਂ ਨੇ ਖੁਦ ਹਿਮਸੈਲਫ ਸਪਰੇਅ ਕੀਤਾ। ਅਸੀਂ ਬਹੁਤ ਹੀ ਧੰਨਵਾਦੀ ਹਾਂ। ਅਸੀਂ ਕਹਿੰਦੇ ਵੀ ਅਗਰ ਐਸੇ ਬੰਦੇ ਸੁਸਾਇਟੀ ਦੇ ਵਿੱਚ ਹੋਣਗੇ ਨੋ ਡਾਊਟ ਕਿ ਅਸੀਂ ਲੋਕ ਇਸ ਕਰੋਨਾ ਵਾਇਰਸ ਨੂੰ ਬੜੇ ਈਜ਼ੀਲੀ ਫਾਈਟ ਕਰ ਲਾਂਗੇ ਅਤੇ ਅਸੀਂ ਬਿਲਕੁਲ ਸੁੱਖ ਸਾਰ ਨਾਲ ਆਪਣਾ ਜੀਵਨ ਬਤੀਤ ਕਰਾਂਗੇ। ਧੰਨਵਾਦ। ਅਸੀਂ ਬੱਬੂ ਜੀ ਦੇ ਬਹੁਤ ਧੰਨਵਾਦੀ ਹਾਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਰਪਨ ਸਿਟੀ 501 ਨੰਬਰ ਗਲੀ ਨੰਬਰ 3 ਦਾ ਵਸਨੀਕ ਹਾਂ। ਮੈਂ ਬੱਬੂ ਭਾਅ ਜੀ ਸਾਡੇ MC ਵਾਰਡ ਨੰਬਰ 1 ਦੇ ਤੋਂ ਇਹਨਾਂ ਨੇ ਇੰਨਾ ਇਨੀਸ਼ੀਏਟਿਵ ਲਿਆ ਕਿ ਸਾਡੇ ਤਿੰਨੋਂ ਗਲੀਆਂ 1 ਨੰਬਰ 2 ਨੰਬਰ ਔਰ 3 ਨੰਬਰ 'ਚ ਸਾਰੇ ਪਾਸੇ ਇਹਨਾਂ ਨੇ ਸੈਨੇਟਾਈਜ਼ ਕੀਤਾ। ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਕਿਸੇ ਵੀ ਵਸਨੀਕ ਨੇ ਇਹ ਨਹੀਂ ਸੋਚਿਆ ਹੈਗਾ ਕਿ ਆਪਾਂ ਜਾ ਕੇ ਕੁਛ ਸੈਨੇਟਾਈਜ਼ ਕਰੀਏ, ਜਾਂ ਜਿਹੜੇ ਹੋਰ ਵਿਚਾਰੇ ਵਿਹਲੇ ਬੈਠੇ ਆ ਜਿਨ੍ਹਾਂ ਨੂੰ ਦਿਹਾੜੀ ਕਰਦੇ ਆ ਬੰਦੇ, ਉਹਨਾਂ ਨੂੰ ਲੰਗਰ ਲਈ ਪ੍ਰਬੰਧ ਕਰੀਏ। ਇਹਨਾਂ ਨੇ ਦੇਖੋ ਸੁਬਹਾ ਦੇ ਵਿਚਾਰੇ ਆਪ ਲੱਗੇ ਹੋਏ ਆ, ਮੈਂ ਬੜਾ ਖੁਸ਼ ਹਾਂ ਇਹਨਾਂ ਨੇ ਕਿੰਨਾ ਹਾਰਡ ਵਰਕ ਕੀਤਾ। ਸਾਨੂੰ ਜੇ ਅਸੀਂ ਇੰਨਾ ਹਾਰਡ ਵਰਕ ਕਰੀਏ ਤਾਂ ਇਹ ਕਰੋਨਾ ਜਿਹੜਾ ਆ, ਜਿਹੜੀ ਐਡੀ ਬੜੀ ਬਿਮਾਰੀ ਆ, ਤਾਂ ਇਹ ਤੋਂ ਮੁਕਤੀ ਪਾ ਸਕਦੇ ਹਾਂ। ਮੈਂ ਸਾਰੇ ਦਰਪਨ ਸਿਟੀ ਵਾਲਿਆਂ ਨੂੰ ਵੀ ਕਹਿੰਦਾ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਗਰੁੱਪ ਬਣਾ ਕੇ ਇੱਕ ਲੰਗਰ ਦੀ ਲਾਭ ਪ੍ਰਬੰਧ ਕਰੀਏ, ਜਿਹੜੇ ਬੰਦੇ ਦਿਹਾੜੀਦਾਰ ਜਿਹਨਾਂ ਨੂੰ ਇਹ ਵੀ ਨਾਲ ਨਾਲ ਕਰੀਏ। ਮੈਂ ਇਹਨਾਂ ਨੂੰ ਕਹਾਂਗਾ ਬੱਬੂ ਜੀ ਨੂੰ ਵੀ ਇਹ ਅੱਗੇ ਹੋਣ, ਅਸੀਂ ਇਹਨਾਂ ਦੇ ਨਾਲ ਬੰਦੇ ਗਏ ਲੈ ਗਏ ਵੀਰ, ਹਾਂਜੀ ਅਸੀਂ ਭਾਅ ਜੀ ਉਹਨਾਂ ਦੇ ਨਾਲ ਆ ਅਤੇ ਇਹ ਅੱਗੇ ਇਨੀਸ਼ੀਏਟਿਵ ਲੈਣ ਅਤੇ ਅਸੀਂ ਇਹਨਾਂ ਦੇ ਨਾਲ ਮੋਢੇ 'ਤੇ ਮੋਢਾ ਜੋੜ ਕੇ ਨਾਲ ਖੜ੍ਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ